ਸਾਰੀ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਧੱਕੇਸ਼ਾਹੀ ਬੰਦ ਕਰੋ ਜੋ ਇਦਾਂ ਹੂਟ ਫੇਰਿਆ ਜਾਂਦਾ ਸਾਡੀਆਂ ਦੁਕਾਨਾਂ ਦੇ ਅੱਗੇ ਕਿ ਜਿੱਦਾਂ ਪਤਾ ਨਹੀਂ ਅਸੀਂ ਕ੍ਰਿਮੀਨਲ ਬੰਦੇ ਹੈਗੇ ਆ ਬੰਦ ਕਰੋ ਬੰਦ ਕਰੋ ਜੇ ਤੁਸੀਂ ਛੁੱਟੀਆਂ ਕੀਤੀਆਂ ਮੁਲਾਜ਼ਮ ਘਰ ਬੈਠਾ ਮੁਲਾਜ਼ਮ ਨੂੰ ਤਨਖਾਹ ਦਿੱਤੀ ਤੇ ਵਪਾਰੀ ਨੂੰ ਰੋਟੀ ਦੀ ਲੋੜ ਨਹੀਂ ਵਪਾਰੀ ਜਿੰਦਾਬਾਦ 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 ਇਹ ਤਸਵੀਰਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਦੇ ਬਾਹਰ ਦੀਆਂ ਨੇ ਜਿਨ੍ਹਾਂ 'ਚ ਤੁਸੀਂ ਜਿਹੜੇ ਲੋਕਾਂ ਨੂੰ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਕਰਦੇ ਦੇਖ ਰਹੇ ਹੋ ਉਹ ਨੇ ਸ਼ਹਿਰ ਦੇ ਵਪਾਰੀ ਲੋਕ ਜਿਨ੍ਹਾਂ ਨੇ ਵੀਕਐਂਡ 'ਤੇ ਮੁਕੰਮਲ ਲਾਕਡਾਊਨ ਕਰਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਜਦ ਮੌਕੇ 'ਤੇ ਪਹੁੰਚੇ ਪੁਲਿਸ ਦੇ DSP ਨੇ ਵਪਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਪਾਰੀ ਪੁਲਿਸ ਅਧਿਕਾਰੀਆਂ ਨਾਲ ਹੀ ਉਲਝ ਪਏ ਆਹ ਤੁਸੀਂ DC ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਵਪਾਰੀਆਂ ਦੀ ਜ਼ੁਬਾਨੀ ਸੁਣੋ ਕਿ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੀ ਕੋਠੀ ਕਿਉਂ ਘੇਰਨੀ ਪਈ ਸਰਕਾਰ ਅੱਗੇ ਵਪਾਰੀਆਂ ਦੀ ਇੱਕੋ ਮੰਗ ਹੈ ਜੇ ਤੁਹਾਡਾ ਲੋਕਡਾਊਨ ਕੀਤਿਆਂ ਸਰਦਾ ਤੇ ਸਦਾ ਲਈ ਬੰਦ ਕਰ ਦਿਓ 7 ਦਿਨ ਬੰਦ ਕਰ ਦਿਓ ਪਰ ਸਾਡਾ ਤੇ ਸਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੋ ਸਾਡੇ ਬੱਚੇ ਸਾਡਾ ਢਿੱਡ ਵੀ ਰੋਟੀ ਮੰਗਦਾ ਜੇ ਤੁਸੀਂ ਛੁੱਟੀਆਂ ਕੀਤੀਆਂ ਮੁਲਾਜ਼ਮ ਘਰ ਬੈਠਾ ਮੁਲਾਜ਼ਮ ਨੂੰ ਤਨਖਾਹ ਦਿੱਤੀ ਤੇ ਵਪਾਰੀ ਨੂੰ ਰੋਟੀ ਦੀ ਲੋੜ ਨਹੀਂ ਵਪਾਰੀ ਦੁਕਾਨਾਂ ਕਰਕੇ ਬੰਦ ਕਰਕੇ ਘਰ ਬੈਠਾ ਕਿ ਉਹਦੇ ਬੱਚੇ ਰੋਟੀ ਨਹੀਂ ਮੰਗਦੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੂਰੀਆਂ ਦੁਕਾਨਾਂ ਖੋਲੀਆਂ ਜਾਣ ਇੱਕ ਦਿਨ ਦਾ ਪੂਰਾ ਲੋਕਡਾਊਨ ਰੱਖਿਆ ਜਾਏ ਤੇ ਜਾਂ ਸਾਰਾ ਹੀ ਬੰਦ ਕਰ ਦਿਓ 9 ਤੋਂ 7 ਦਾ ਟਾਈਮ ਹੋਏ ਪੂਰੀਆਂ ਦੁਕਾਨਾਂ 6 ਦਿਨ ਖੋਲੀਆਂ ਜਾਣ ਐਤਵਾਰ ਦਾ ਸੰਪੂਰਨ ਲੋਕਡਾਊਨ ਹੋਏ ਔਰ ਪੂਰੇ ਵਪਾਰੀ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਸਨ ਦਾ ਭਰਪੂਰ ਸਾਥ ਦੇਣਗੇ ਅੱਜ ਜਿਹੜਾ ਵਪਾਰੀ ਮੰਡਲ ਇਕੱਠਾ ਹੋਇਆ ਵਾ ਉਹ ਸਿਰਫ ਤੇ ਸਿਰਫ ਇਸ ਗੱਲ ਲਈ ਇਕੱਠਾ ਹੋਇਆ ਵਾ ਕਿ ਜਿਹੜਾ ਵਪਾਰੀਆਂ ਦੇ ਵਿੱਚ ਸਰਕਾਰਾਂ ਪਾੜ ਪਾ ਰਹੀਆਂ ਨੇ ਕੁਝ ਟ੍ਰੇਡਾਂ ਨੂੰ ਖੋਲਿਆ ਜਾ ਰਿਹਾ ਤੇ ਕੁਝ ਟ੍ਰੇਡਾਂ ਨੂੰ ਬੰਦ ਕੀਤਾ ਹੋਇਆ ਵਾ 6:30 ਵਜੇ ਦਾ ਬੰਦ ਕਰ ਦਿੱਤੀਆਂ ਜਾਂਦੀਆਂ ਦੁਕਾਨਾਂ ਤੇ 6 ਵਜੇ ਹੂਟਰ ਜਿਹੜਾ ਪੁਲਿਸ ਦਾ ਫਿਰਨਾ ਸ਼ੁਰੂ ਹੋ ਜਾਂਦਾ ਬਾਜ਼ਾਰਾਂ ਦੇ ਵਿੱਚ ਤੇ ਉਹ ਇਦਾਂ ਹੂਟਰ ਫੇਰਿਆ ਜਾਂਦਾ ਸਾਡੀਆਂ ਦੁਕਾਨਾਂ ਦੇ ਅੱਗੇ ਕਿ ਜਿੱਦਾਂ ਪਤਾ ਨਹੀਂ ਅਸੀਂ ਕ੍ਰਿਮੀਨਲ ਬੰਦੇ ਹੈਗੇ ਆ ਸਾਡੀ ਵਪਾਰੀਆਂ ਦੀ ਇਹ ਮੰਗ ਵੈ ਇੱਕ ਤਾਂ ਜਿਹੜਾ ਹੂਟਰ ਫਿਰਦਾ ਵਾ ਬਾਜ਼ਾਰਾਂ ਦੇ ਵਿੱਚ 6 ਵਜੇ ਤੋਂ ਇਹ ਬੰਦ ਕੀਤਾ ਜਾਏ ਤੇ ਬਾਜ਼ਾਰ ਜਿਹੜੇ ਨੇ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਖੋਲ੍ਹੇ ਜਾਣ ਜੇ ਨਹੀਂ ਖੋਲ੍ਹੇ ਜਾਣਗੇ ਪ੍ਰੋਟੈਸਟ ਅੱਜ ਛੋਟਾ ਹੋਇਆ ਇਹ ਬਹੁਤ ਵੱਡਾ ਹੋਏਗਾ ਜੇ ਕਿਸਾਨ ਯੂਨੀਅਨਾਂ ਕਰ ਸਕਦੀਆਂ ਤੇ ਵਪਾਰੀ ਯੂਨੀਅਨਾਂ ਕਿਉਂ ਨਹੀਂ ਆਪਣੀਆਂ ਮੰਗਾਂ ਕਰ ਸਕਦੀਆਂ ਤੇ DC ਸਾਹਿਬ AC 'ਚ ਬੈਠੇ ਨੇ ਤੇ ਕਹਿੰਦੇ ਤਹਿਸੀਲਦਾਰ ਆਏਗਾ ਪ੍ਰਦਰਸ਼ਨਕਾਰੀ ਵਪਾਰੀਆਂ ਦੀ ਮੰਗ ਹੈ ਕਿ ਜਿਵੇਂ ਛੁੱਟੀ ਤੇ ਜਾਣ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਸੇ ਤਰ੍ਹਾਂ ਵੀਕਐਂਡ ਤੇ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਉਹਨਾਂ ਨੂੰ ਵੀ ਸਹੂਲਤ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਭਰ ਸਕਣ ਸਨ ਕਤਰ ਵਾਲਾ ਵਪਾਰੀ ਨਹੀਂ ਰਿਹਾ ਅਸੀਂ ਆਪਣੇ ਹੱਕਾਂ ਨਹੀਂ ਲੜ ਰਹੇ ਹਾਂ ਔਰ ਇੱਕੋ ਹੀ ਡਿਮਾਂਡ ਸੀ ਕਿ ਸਾਡੇ ਧੱਕੇਸ਼ਾਹੀ ਨਾ ਕਰੋ ਅੱਜ ਵਪਾਰੀ ਨੂੰ ਮੈਂਟਲੀ ਇੰਨਾ ਟਾਰਚਰ ਕਰਤਾ ਕਿ ਸੜਕ 'ਤੇ ਆਉਣ ਨੂੰ ਮਜਬੂਰ ਹੋ ਗਿਆ ਪਰਸੋਂ ਰਾਤ 12:30 ਵਜੇ ਬੈਂਕਾਂ ਨੇ ਵਿਆਜ ਲਾਤੇ ਨੇ 6-6 ਮਹੀਨਿਆਂ ਦੇ ਹਾਈ ਕੋਰਟ ਦੀ ਡਿਸੀਜ਼ਨ ਹੈ ਸੁਪਰੀਮ ਕੋਰਟ ਦਾ ਕਿ ਵਿਆਜ ਨਹੀਂ ਲਾਈ ਜਾਣਗੇ ਪਹਿਲੀ ਗੱਲ ਤਾਂ ਆਵੇ ਕਿ ਇਹਨੂੰ ਬੰਦ ਕੀਤਾ ਜਾਵੇ ਦੂਸਰੀ ਗੱਲ ਆਵੇ ਕਿ ਸ਼ਹਿਰ 'ਚ ਇੰਨੀ ਬਦਮਾਸ਼ੀ ਇੰਨੀ ਗੁੰਡਾਗਰਦੀ ਇੰਨਾ ਨਸ਼ਾ ਵਿਕ ਰਿਹਾ ਸਿਰਫ ਉਸ ਨਸ਼ਾ ਵੇਚਣ ਦੇ ਖਾਤਰ ਕਰੋਨਾ ਦਾ ਹਵਾ ਖੜਾ ਕੀਤਾ ਗਿਆ ਅਗਰ ਵਪਾਰੀ ਵਰਗ ਦੇ ਕਿਸੇ ਵੀ ਦੁਕਾਨਦਾਰ ਨੂੰ ਚੂੰਡੀ ਵਢੋਈ ਤੇ ਵਪਾਰੀ ਜਿਹੜਾ ਹੈਗਾ ਚੂੰਡੀ ਦਾ ਦਵਾ ਥੱਪੜ ਨਾਲ ਦੇਵੇਗਾ 1 ਨੰਬਰ 2 ਅਸੀਂ DC ਸਾਹਿਬ ਦੀ ਦਾਤ ਦਿੰਦੇ ਹਾਂ ਜਿਹਨਾਂ ਤੋਂ ਉਹਨਾਂ ਨੇ ਮਿਹਨਤ ਕੀਤੀ ਹੈ ਪਰ ਸਾਡੇ ਪਾਸੇ ਉਹਨਾਂ ਕੋਲ ਟਾਈਮ ਹੈ ਨਹੀਂ ਤਨਖਾਹਾਂ ਸਾਡੇ ਫੰਡਾਂ 'ਚੋਂ ਜਾਣ GST ਅਸੀਂ ਦੇਈਏ ਉਹ ਗੁਰਦਾਸਪੁਰ ਸ਼ਰਮ ਵਾਲੀ ਗੱਲ ਹੈ ਜਿਨ੍ਹਾਂ ਕੋਲੋਂ GST ਨੰਬਰ ਨਹੀਂ 20-25 ਲੱਖ ਦੇ ਜਾਲੀ ਬਿੱਲ ਬਣਵਾਏ ਗਏ ਔਰ ਕਰੋਨਾ ਦੇ ਨਾਂ 'ਤੇ ਰੁਪਈਆ ਖਾਧਾ ਗਿਆ ਸਾਡੀ ਪਹਿਲੀ ਡਿਮਾਂਡ ਹੈ ਕਿ ਸਾਨੂੰ ਲਾਕਡਾਊਨ ਵਾਪਸ ਲਓ ਜੇ ਨਹੀਂ ਲੈਣਾ ਤੇ ਲਾਕਡਾਊਨ ਪੂਰਨ ਕਰ ਦਿਓ ਇਹ ਚੇਨ ਟੁੱਟ ਜਾਏਗੀ ਭਾਈ ਭਤੀਜਾਵਾਦ ਚੱਲ ਰਿਹਾ ਉਹਦੇ 'ਚ ਕੀ ਹੈ ਪੈਕ ਹੋ ਕੇ ਰੋਸਟਡ ਮੈਂ ਨਾਂ ਨਹੀਂ ਲੈਣਾ ਮੈਂ ਵੈਸ਼ਨੋ ਬੰਦਾ ਤੇ ਫਰਾਈਡ ਮੁਰਗੇ ਜਾਂਦੇ ਨੇ ਪ੍ਰਸ਼ਾਸਨ ਨੇ ਇਹ ਕੋਈ ਅੱਖਾਂ ਥੋੜ੍ਹਾ ਬੰਦ ਕੀਤੀ ਦੀਆਂ ਸਭ ਕੁਛ ਪਤਾ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਅੱਜ ਸ਼ਹਿਰਾਂ ਨੂੰ ਤੇ ਸ਼ਹਿਰਾਂ ਦੇ ਬਾਹਰ ਪਿੰਡਾਂ ਨੂੰ ਦੋਵਾਂ ਫਿਰਕਿਆਂ 'ਚ ਵੰਡਤਾ ਅੱਜ ਸਾਰੇ ਲੋਕ ਸ਼ਾਮ ਨੂੰ ਦਾਰੂ ਪੀਣ ਵਾਸਤੇ ਹੋਟਲ ਇੰਜੋਏ ਕਰਨ ਵਾਸਤੇ ਸ਼ਹਿਰੋਂ ਬਾਹਰ ਚਲ ਜਾਂਦੇ ਨੇ ਸ਼ਹਿਰ ਦੀ ਹੋਟਲ ਇੰਡਸਟਰੀ ਸ਼ਹਿਰ ਦਾ ਹਲਵਾਈ ਸ਼ਹਿਰ ਦਾ ਰੇਹੜੀ ਵਾਲਾ ਮਰ ਗਿਆ ਕਿਉਂ ਕਿ ਉਹਨਾਂ ਨੂੰ ਦਾਬੇ ਪੈ ਰਹੇ ਨੇ ਔਰ ਬਾਹਰ ਸ਼ਰੇਆਮ ਜਿਹੜਾ ਗੁੱਛੜੇ ਉਡਾਏ ਜਾ ਰਹੇ ਨੇ ਅੱਜ ਵੀ ਰੇਟ ਕਰ ਦਿਓ ਮੈਂ ਦੱਸਣ ਨੂੰ ਤਿਆਰ ਹਾਂ ਕਿੱਥੇ ਕਿੱਥੇ ਜਾ ਕੇ ਰਾਤਾਂ ਰੰਗੀਨ ਲੋਕੀ ਕਰ ਰਹੇ ਨੇ ਦੱਸ ਦਈਏ ਕਿ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਵੱਧ ਰਹੇ ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਹਫ਼ਤੇ 'ਚ 2 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਜਿਸ 'ਤੇ ਵਪਾਰੀ ਵਰਗ ਨੂੰ ਪੈ ਰਹੇ ਘਾਟੇ ਕਾਰਨ ਵਪਾਰੀ ਲੋਕ
इकट्ठे होकर सरकार दीयां वधीकियां खिलाफ प्रदर्शन कर रहे हैं। हुण देखना होगा कि गुरदासपुर के व्यापारियों की मंग से दो दिन का लॉकडाउन घटा के एक दिन का किया जाएगा या नहीं। हकीकत टीवी पंजाबी लई गुरदासपुर तो अवतार सिंह की रिपोर्ट।